ਗੁੱਡ ਮਾਰਨਿੰਗ ਸਟੂਡੈਂਟਸ ਹਾਂਜੀ ਬੱਚੇ ਆਪਾਂ ਕਲਾਸ 3 ਦਾ ਨੋਰਮਲ ਲੈਸਨ ਕਰ ਰਹੇ ਹਾਂ ਟਾਈਮ ਟਾਈਮ ਦੇ ਵਿੱਚ ਬੱਚੇ ਆਪਾਂ ਦਿਵਾਰ ਘੜੀ ਦੀਆਂ ਸੂਈਆਂ ਬਾਰੇ ਸਿੱਖਿਆ ਹੈ ਕਿ ਸਭ ਤੋਂ ਤੇਜ਼ ਚੱਲਣ ਵਾਲੀ ਸੂਈ ਸਾਨੂੰ ਸੈਕਿੰਡ ਬਾਰੇ ਦੱਸਦੀ ਹੈ ਹਾਂਜੀ ਦੂਜੀ ਵੱਡੀ ਸੂਈ ਜੋ ਇਹ ਹੈ ਇਹ ਸਾਨੂੰ ਮਿੰਟਾਂ ਬਾਰੇ ਜਾਣਕਾਰੀ ਦਿੰਦੀ ਹੈ ਛੋਟੀ ਸੂਈ ਸਾਨੂੰ ਘੰਟਿਆਂ ਬਾਰੇ ਦੱਸਦੀ ਹੈ ਠੀਕ ਹੈ ਜੀ ਇੱਕ ਚੱਕਰ ਵਿੱਚ ਸੈ ਇੱਕ ਸੈਕਿੰਡ ਵਾਲੀ ਸੂਈ ਜਦੋਂ ਕਿੰਨੇ ਸੈਕਿੰਡ ਕਰਦੀ 60 ਸੈਕਿੰਡ ਕਰਦੀ ਹੈ ਤਾਂ ਇੱਕ ਮਿੰਟ ਬੰਦਾ ਹੈ 60 ਮਿੰਟ ਇਸ ਸੂਈ ਦੁਆਰਾ ਇੱਕ ਚੱਕਰ ਪੂਰਾ ਕਰਨ ਤੇ 12 ਤੋਂ ਸ਼ੁਰੂ ਹੋ ਕੇ 12 ਤੇ ਜਦੋਂ ਦੁਬਾਰਾ ਘੁੰਮ ਕੇ ਆਉਂਦੀ ਹੈ ਤਾਂ 60 ਮਿੰਟ ਜਦੋਂ ਹੁੰਦੇ ਹਨ ਤਾਂ ਇੱਕ ਘੰਟਾ ਹੁੰਦਾ ਹੈ ਤਾਂ ਘੰਟੇ ਵਾਲੀ ਸੂਈ ਅੱਗੇ ਵਧਦੀ ਹੈ ਠੀਕ ਹੈ ਜੀ ਇੱਕ ਦਿਨ ਵਿੱਚ ਬੱਚੇ ਕਿੰਨੇ ਘੰਟੇ ਹੁੰਦੇ ਹਨ 24 ਘੰਟੇ ਹੁੰਦੇ ਹਨ ਅੱਜ ਬੱਚੇ ਆਪਾਂ ਦਿੱਤੇ ਗਏ ਟਾਈਮ ਦੇ ਅਨੁਸਾਰ ਸੂਈਆਂ ਬਣਾਉਣਾ ਸਿੱਖਾਂਗੇ ਜਿਵੇਂ ਕਿ ਮੰਨ ਕੇ ਚੱਲੋ ਇੱਥੇ ਆਪਣੇ ਕੋਲੇ 7 ਵਜੇ ਦਾ ਟਾਈਮ ਦਿੱਤਾ ਗਿਆ ਹੈ 7 ਵਜੇ ਆਪਾਂ ਨੇ ਇਸ ਘੜੀ ਤੇ 7 ਵਜੇ ਦੇ ਅਨੁਸਾਰ ਸੂਈਆਂ ਬਣਾਉਣੀਆਂ ਹਨ ਹਾਂਜੀ ਬੱਚੇ ਆਪਾਂ ਨੇ ਕਿੰਨਾ ਟਾਈਮ ਦੱਸਣਾ ਹੈ 7 ਵਜੇ ਤਾਂ ਕਿਹੜੀ ਸੂਈ 7 ਵੱਲ ਹੋਣੀ ਚਾਹੀਦੀ ਹੈ ਛੋਟੀ ਸੂਈ ਘੰਟੇ ਵਾਲੀ ਕਿਹੜੀ ਛੋਟੀ ਸੂਈ ਕਾਂਟੇ ਵਾਲੀ ਇੱਥੇ ਮੈਂ ਲਿਖ ਦੰਨੀ ਆ ਕਾਂਟੇ ਵਾਲੀ ਜਿਸ ਤੋਂ ਤੁਹਾਨੂੰ ਪਤਾ ਲੱਗੇ ਕਾਂਟੇ ਵਾਲੀ ਸੂਈ ਹਾਂਜੀ ਕਿਹਦੇ ਵੱਲ ਹੋਵੇਗੀ 7 ਵਜੇ ਦੇ ਵੱਲ ਕਿਉਂਕਿ ਆਪਾਂ ਨੇ 7 ਵਜੇ ਦਾ ਟਾਈਮ ਦੱਸਣਾ ਹੈ ਤੇ ਵੱਡੀ ਸੂਈ ਹਾਂਜੀ ਵੱਡੀ ਸੂਈ ਕਿਹੜੀ ਮਿੰਟ ਵਾਲੀ ਜਿਹੜੀ ਸੂਈ ਮਿੰਟਾਂ ਨੂੰ ਦੱਸਾਉਂਦੀ ਹੈ ਉਹ ਸੂਈ ਕਿੱਥੇ ਹੋਵੇਗੀ 12 ਤੇ ਹੋਵੇਗੀ ਤੇ ਹੁਣ ਆਪਣੇ ਕੋਲ ਇੱਥੇ ਘਲੋਕ ਤੇ ਕਿੰਨਾ ਇਸ ਦੁਆਰ ਘੜੀ ਤੇ ਕਿੰਨਾ ਟਾਈਮ ਹੋ ਗਿਆ ਹੈ 7 ਵਜੇ 7:00 ਚੁੱਕੇ ਹਨ ਜੇ ਆਪਾਂ ਨੂੰ ਕਿਹਾ ਜਾਵੇ ਕਿ 11 ਵਜੇ ਹਾਂਜੀ 11 ਵਜੇ ਦਾ ਟਾਈਮ ਦਰਸਾਉਂਦਾ ਹੈ ਇੱਕ ਦੁਆਰ ਘੜੀ ਬਣਾਓ ਆਪਾਂ ਨੇ ਕਿੰਨੇ ਹੋਣਾ 11 ਤਾਂ ਆਪਾਂ ਕੀ ਕਰਾਂਗੇ ਘੰਟੇ ਵਾਲੀ ਸੂਈ ਨੂੰ ਹਾਂਜੀ ਕਿੰਨੇ ਤੇ ਕਰਾਂਗੇ ਹੁਣ 11 ਤੇ ਹਾਂਜੀ ਦੇਖੋ 11 ਠੀਕ ਹੈ ਜੀ ਕਿਹੜੀ ਸੂਈ ਕੇ ਦਾ ਮੂੰਹ ਆਪਾਂ ਨੇ 11 ਵੱਲ ਕੀਤਾ ਹੈ? ਕਾਂਟੇ ਵਾਲੀ ਸੂਈ। ਬੱਚੇ ਜਦੋਂ ਤੁਸੀਂ ਇਸ ਤਰ੍ਹਾਂ ਦੇ ਸਵਾਲ ਕਰਦੇ ਹੋ, ਹਾਂਜੀ ਘੰਟੇ ਤੇ ਮਿੰਟ ਵਾਲੀ ਸੂਈ ਦਾ ਫਰਕ ਦੱਸੋਣਾ ਹੈ ਕਿ ਘੰਟੇ ਵਾਲੀ ਸੂਈ ਛੋਟੀ ਹੁੰਦੀ ਹੈ ਤੇ ਮਿੰਟ ਵਾਲੀ ਸੂਈ ਵੱਡੀ ਹੁੰਦੀ ਹੈ। ਇਸੇ ਤਰ੍ਹਾਂ ਦੇ ਸਵਾਲ ਬੱਚੇ ਤੁਸੀਂ ਆਪਣੇ ਬੁੱਕ ਤੇ 186 ਪੇਜ ਤੇ ਕਰਨੇ ਹਨ। ਆਪਾਂ ਨੂੰ ਇੱਥੇ ਦੁਬਾਰਾ ਕੜੀਆਂ ਦਿੱਤੀਆਂ ਗਈਆਂ ਹਨ ਤੇ ਨਾਲ ਸਮਾਂ ਦੱਸਿਆ ਗਿਆ ਹੈ ਤੁਸੀਂ ਇਸ ਸਮੇਂ ਨੂੰ ਦਰਸਾਉਂਦੀਆਂ ਹੋਈਆਂ ਸੂਈਆਂ ਬਣਾਉਣੀਆਂ ਹਨ ਥੈਂਕ ਯੂ